ਪਿੰਡ ਬਿਲਗਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ। ਇਹ ਉਹ ਇਤਿਹਾਸਿਕ ਪਿੰਡ ਹੈ ਜਿੱਥੇ ਸਿੱਖਾਂ ਦੇ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਿੰਡ ਮੋਹ ਸਾਹਿਬ ਵਿਖੇ ਮਾਤਾ ਗੰਗਾ ਦੇਵੀ ਜੀ ਨੂੰ ਵਿਆਹੁਣ ਜਾਣ ਸਮੇਂ ਇਸ ਪਿੰਡ ਵਿੱਚ ਆਪਣੇ ਪਵਿੱਤਰ ਚਰਨ ਪਾਏ ਸਨ। ਇਹ ਪਿੰਡ ਉਸ ਸਮੇਂ ਕੇਵਲ 7 ਕੁੱਲੀਆਂ ਵਿੱਚ ਹੀ ਸੀਮਤ ਸੀ ਅਤੇ ਉਹਨਾਂ 7 ਕੁੱਲੀਆਂ ਨੂੰ ਵੀ ਹਰੇਕ ਸਾਲ ਅੱਗ ਲੱਗ ਜਾਂਦੀ ਸੀ। ਪਿੰਡ ਵਾਸੀਆਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਪਿੰਡ ਨੂੰ ਵਧਣ ਫੁੱਲਣ ਦਾ ਆਸ਼ੀਰਵਾਦ ਦਿੱਤਾ, ਜਿਹੜਾ ਕਿ ਅੱਜ 7 ਕੁੱਲੀਆਂ ਤੋਂ 7 ਪੱਤੀਆਂ ਅਤੇ 7 ਦਰਵਾਜ਼ਿਆਂ ਵਿੱਚ ਵਸਦਾ ਸ਼ਹਿਰ ਬਣ ਗਿਆ ਹੈ। ਤੀਸਰੇ ਦਿਨ ਜਦੋਂ ਗੁਰੂ ਜੀ ਪਿੰਡ ਮੋਹ ਸਾਹਿਬ ਵਿਖੇ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਪਿੰਡ ਵਾਸੀਆਂ ਨੇ ਗੁਰੂ ਜੀ ਤੋਂ ਨਿਸ਼ਾਨੀ ਦੀ ਮੰਗ ਕੀਤੀ ਅਤੇ ਗੁਰੂ ਜੀ ਨੇ ਆਪਣੇ ਲਾਏ ਹੋਏ ਵਸਤਰ ਪਿੰਡ ਵਾਸੀਆਂ ਨੂੰ ਭੇਂਟ ਕੀਤੇ, ਜੋ ਕਿ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹਨ। ਇਹਨਾਂ ਦੇ ਵਿੱਚ ਛੇਲੀ, ਚੋਲਾ, ਚੂੜੀਦਾਰ ਪਜਾਮਾ, ਹਜੂਰੀਆਂ, ਰੁਮਾਲ, ਬਟੂਆ, ਹੱਥ ਸਿਮਰਨਾ, ਦੁਸ਼ਾਲਾ ਅਤੇ ਚੰਦਨ ਦੀ ਚੌਂਕੀ ਹੈ ਜਿਸ ਉੱਪਰ ਬੈਠ ਕੇ ਗੁਰੂ ਸਾਹਿਬ ਜੀ ਨੇ ਇਸ਼ਨਾਨ ਕੀਤੇ ਸਨ। ਪਿੰਡ ਬਿਲਗੇ ਦੀਆਂ 7 ਪੱਤੀਆਂ, ਪੱਤੀ ਦੁਨੀਆ ਮਨਸੂਰ ਕੀ, ਪੱਤੀ ਭਲਾਈ ਕੀ, ਪੱਤੀ ਪੱਟੀ, ਪੱਤੀ ਭੋਜਾ, ਪੱਤੀ ਮਹਿਣਾ, ਪੱਤੀ ਬੱਗਾ ਅਤੇ ਪੱਤੀ ਨੀਲੋਵਾਲ ਹੈ। ਬੱਸ ਸਟੈਂਡ ਪੱਤੀ ਭਲਾਈ ਕੀ ਬਿਲਗਾ, ਡੇਰਾ ਬਾਬਾ ਰਹਿਮਤ ਸ਼ਾਹ ਜੀ, ਪਿੰਡ ਬਿਲਗਾ। ਇੱਥੇ ਹਰ ਸਾਲ ਪਹਿਲੀ ਹਾੜ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮੇਲਾ ਕਰਾਇਆ ਜਾਂਦਾ ਹੈ। ਡੇਰੇ ਦੇ ਅੰਦਰ ਇੱਕ ਪਵਿੱਤਰ ਸਰੋਵਰ ਵੀ ਹੈ ਜਿਸ ਨੂੰ ਬਾਬਾ ਰਹਿਮਤ ਸ਼ਾਹ ਜੀ ਨੇ ਹੱਥੀਂ ਖੋਦਿਆ ਹੈ। ਜੋ ਸ਼ਰਧਾਲੂ ਸ਼ਰਧਾ ਨਾਲ ਇਸ਼ਨਾਨ ਕਰਦੇ ਹਨ ਉਹਨਾਂ ਦੇ ਕਸ਼ਟ ਦੂਰ ਹੁੰਦੇ ਹਨ। ਦਰਬਾਰ ਅਲਮਸਤ ਬਾਪੂ ਅਲਾਦੀਨ ਸ਼ਾਹ ਜੀ, ਪਿੰਡ ਬਿਲਗਾ। ਇੱਥੇ ਹਰ ਸਾਲ 31 ਜੁਲਾਈ ਅਤੇ 1 ਅਗਸਤ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮੇਲਾ ਕਰਾਇਆ ਜਾਂਦਾ ਹੈ। ਮੇਲੇ ਵਿੱਚ ਸੰਗਤਾਂ ਦੂਰੋਂ ਦੂਰੋਂ ਮੇਲੇ ਦੀ ਰੌਣਕ ਨੂੰ ਵਧਾਉਣ ਆਉਂਦੀਆਂ ਹਨ। ਜੋ ਵੀ ਸ਼ਰਧਾਲੂ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ ਉਹਨਾਂ ਦੇ ਵੱਡੇ ਤੋਂ ਵੱਡੇ ਕਸ਼ਟ ਦੂਰ ਹੁੰਦੇ ਹਨ। ਮੇਲੇ ਵਿੱਚ ਪੰਜਾਬ ਦੇ ਕਈ ਪ੍ਰਸਿੱਧ ਕਲਾਕਾਰ ਆਪਣੀ ਹਾਜ਼ਰੀ ਲਵਾਉਣ ਆਉਂਦੇ ਹਨ। ਰਾਧਾ ਸਵਾਮੀ ਸਤਸੰਗ ਘਰ ਬਿਲਗਾ, ਇਹ ਸਤਸੰਗ ਘਰ ਬਿਲਗਾ ਤੋਂ ਖੇਲਾ ਰੋਡ ਉੱਪਰ ਸਥਿਤ ਹੈ। ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ, ਪਿੰਡ ਬਿਲਗਾ। ਮਾਤਾ ਅੰਨਪੂਰਨਾ ਦੇਵੀ ਮੰਦਿਰ, ਪੱਤੀ ਭਲਾਈ ਕੀ। ਸ਼ਿਵਜੀ ਮੰਦਿਰ, ਪੱਤੀ ਨੀਲੋਵਾਲ। ਗਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ ਯਾਦਗਾਰ ਹਾਲ, ਪੱਤੀ ਭਲਾਈ ਕੀ। ਸ਼੍ਰੀ ਰਾਮ ਗਊਸ਼ਾਲਾ, ਪੱਤੀ ਭਲਾਈ ਕੀ। ਬਿਲਗਾ ਚੈਰੀਟੇਬਲ ਹਸਪਤਾਲ, ਚੌਧਰੀ ਸੰਤਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਬਿਲਗਾ। ਸਕੂਲ ਦੀ ਬੈਕਗਰਾਉਂਡ 'ਚ ਇੱਕ ਬਹੁਤ ਵੱਡਾ ਖੇਡਾਂ ਦਾ ਮੈਦਾਨ ਵੀ ਹੈ ਜਿੱਥੇ ਕਿ ਹਰ ਸਾਲ ਕ੍ਰਿਕਟ, ਕਬੱਡੀ ਅਤੇ ਫੁੱਟਬਾਲ ਦੇ ਟੂਰਨਾਮੈਂਟ ਕਰਾਏ ਜਾਂਦੇ ਹਨ। ਸ਼੍ਰੀ ਗੁਰੂ ਨਾਨਕ ਸਪੋਰਟਸ ਕਲੱਬ, ਪਿੰਡ ਬਿਲਗਾ। ਸੈਂਟਰ ਸਰਕਾਰੀ ਐਲੀਮੈਂਟਰੀ ਸਕੂਲ, ਬਿਲਗਾ। DAV ਪਬਲਿਕ ਸਕੂਲ, ਬਿਲਗਾ। ਗੁਰੂ ਤੇਗ ਬਹਾਦੁਰ ਪਬਲਿਕ ਸਕੂਲ, ਬਿਲਗਾ। ਦਫ਼ਤਰ ਨਗਰ ਪੰਚਾਇਤ ਬਿਲਗਾ, ਪੱਤੀ ਭੋਜਾ। ਜੰਝ ਘਰ, ਪੱਤੀ ਭੋਜਾ ਅਤੇ ਸੇਵਾ ਕੇਂਦਰ, ਬਿਲਗਾ। ਤਾਰਾ ਸਿੰਘ ਐਗਰੋ ਇੰਟਰਪ੍ਰਾਈਜ਼ਸ, ਬਿਲਗਾ। ਪਲਾਹਾ ਐਗਰੋ ਇੰਡਸਟਰੀਜ਼, ਬਿਲਗਾ। ਪੰਜਾਬ ਨੈਸ਼ਨਲ ਬੈਂਕ,
ਪੱਤੀ ਭਲਾਈ ਕੀ, ਭਾਰਤੀ ਸਟੇਟ ਬੈਂਕ ਪੱਤੀ ਨੀਲੋਵਾਲ, ਯੂਨੀਅਨ ਬੈਂਕ ਪੱਤੀ ਨੀਲੋਵਾਲ, ਕੇਨਰਾ ਬੈਂਕ ਪੱਤੀ ਨੀਲੋਵਾਲ, ਕੋਆਪਰੇਟਿਵ ਬੈਂਕ ਪੱਤੀ ਨੀਲੋਵਾਲ, ਵਿਜੇਆ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਪਿੰਡ ਬਿਲਗਾ, ਕੈਪੀਟਲ ਸਮਾਨ ਫਾਈਨੈਂਸ ਬੈਂਕ ਪੱਤੀ ਨੀਲੋਵਾਲ, HDFC ਬੈਂਕ ਪੱਤੀ ਭੋਜਾ, ਸਾਈ TVS ਏਜੰਸੀ ਪੱਤੀ ਭਲਾਈ ਕੀ, ਗ੍ਰੇਸ ਮੋਟਰਸ ਪੱਤੀ ਭਲਾਈ ਕੀ, ਰਾਗਾ ਹੋਂਡਾ ਏਜੰਸੀ ਪੱਤੀ ਭਲਾਈ ਕੀ, ਨੂਰ ਮੋਟਰਸ ਪੱਤੀ ਨੀਲੋਵਾਲ, SK ਆਟੋਸ ਪੱਤੀ ਭਲਾਈ ਕੀ, ਦਕਸ਼ ਡਿਜੀਟਲ ਸਟੂਡੀਓ ਪੱਤੀ ਦੁਨੀਆ ਮਨਸੂਰ ਕੀ, ਪਰਮਜੀਤ ਡਿਜੀਟਲ ਸਟੂਡੀਓ ਪੱਤੀ ਨੀਲੋਵਾਲ, ਨੰਜੀ ਕਰਿਆਨਾ ਸਟੋਰ ਪੱਤੀ ਦੁਨੀਆ ਮਨਸੂਰ ਕੀ, ਬੀਕਾਨੇਰ ਸਵੀਟ ਸ਼ਾਪ ਪੱਤੀ ਨੀਲੋਵਾਲ, ਸੰਧੂ ਸਵੀਟ ਸ਼ਾਪ ਪੱਤੀ ਨੀਲੋਵਾਲ, ਗਗਨ ਟੈਲੀਕੋਮ ਪੱਤੀ ਭਲਾਈ ਕੀ, JS ਟੈਲੀਕੋਮ ਪੱਤੀ ਦੁਨੀਆ ਮਨਸੂਰ ਕੀ, ਕਪੂਰ ਅਕੈਡਮੀ ਪੱਤੀ ਭੋਜਾ, ਕਰੀਅਰ ਪੁਆਇੰਟ ਕੋਚਿੰਗ ਸੈਂਟਰ ਪੱਤੀ ਭੋਜਾ, ਟੋਪਸੀ ਟੇਲ ਸਲੂਨ ਐਂਡ ਅਕੈਡਮੀ ਪੱਤੀ ਭਲਾਈ ਕੀ, ਕੀਰਤ ਮੈਡੀਸਨ ਵਰਲਡ ਪੱਤੀ ਭਲਾਈ ਕੀ, ਅਮੇਜ਼ਿੰਗ ਲੁੱਕ ਸਲੂਨ ਪੱਤੀ ਭਲਾਈ ਕੀ, 3J ਮਸਲ ਮੈਕਸ ਜਿਮ ਪੱਤੀ ਭਲਾਈ ਕੀ, ਆਈ ਆਫ ਫੋਰਸਟ ਟੈਡੂ ਸਟੂਡੀਓ ਪੱਤੀ ਭਲਾਈ ਕੀ, ਪਿੰਡ ਬਿਲਗੇ ਦੀ ਸਬਜ਼ੀ ਮੰਡੀ, ਪ੍ਰੇਮ ਵੈਜੀਟੇਬਲ ਸ਼ੋਪ ਪੱਤੀ ਭਲਾਈ ਕੀ, ਰਾਜੂ ਵੈਜੀਟੇਬਲ ਸ਼ੋਪ ਪੱਤੀ ਭਲਾਈ ਕੀ, ਬੋਧੀ ਵੈਜੀਟੇਬਲ ਸ਼ੋਪ ਪੱਤੀ ਨੀਲੋਵਾਲ, ਬੱਚਾ ਵੈਜੀਟੇਬਲ ਸ਼ੋਪ ਪੱਤੀ ਨੀਲੋਵਾਲ, ਖਾਨ ਵੈਜੀਟੇਬਲ ਸ਼ੋਪ ਪੱਤੀ ਨੀਲੋਵਾਲ, ਬਿਲਗਾ ਸਮਾਈਲ ਸਟੋਨ ਬਾਰ ਐਂਡ ਰੈਸਟੋਰੈਂਟ, ਬਲੂ ਮੂਨ ਰੈਸਟੋਰੈਂਟ ਬਿਲਗਾ ਨੂਰਮਹਿਲ ਰੋਡ। ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।